अब जी ने खींचे ओए ले ओए कमू किदा बुराया इनी बेइज्जती। अच्छा किसी ने दिखता होवे ना आसमान च ऐसे बने आया, देखो आसमान च ऐसे बने आया, आज पहली बार देखा कमू यार, पहली बार चीज देखी ना अपा। चल कट्ठी कर कट्ठी कर कट्ठी लपेट सकदा गोडा लपेट जरा पहले पूछो पूछो। ओए क्या बात है मार दे छाल जज। हेलो गाइस की हाल चाल मेरे वालों सारों सत श्री अकाल कमुज की हाल ने तोड़े ते यार आज अब हम फिर डाल गए हैं पतंग अपने वही अपने पुराना गट्टू आ भी खाली हो गया ਹੁਣ ਕਈਆਂ ਬੰਦੇ ਦਾ ਮੈਸੇਜ ਆਂਦੇ ਆ ਕਿ ਗੱਟੂ ਦਾ ਪ੍ਰਾਈਸ ਦੱਸੋ ਸਾਨੂੰ ਆਪ ਨਹੀਂ ਮਿਲਦੇ ਵੀ ਤੁਹਾਨੂੰ ਅਸੀਂ ਕਿੱਥੋਂ ਲੈ ਕੇ ਦਈਏ ਗੱਟੂ ਅਸੀਂ ਵੀ ਕੱਲ ਦੇਖੋ ਹੁਣ ਕਿੱਥੇ ਲੱਭ ਰਹੇ ਆ ਕਿਸੇ ਕੋਲ ਮੰਗਾਏ ਤੇ ਹੈ ਗੱਟੂ ਬਾਕੀ ਹੁਣ ਪਤਾ ਨਹੀਂ ਮਿਲਦੇ ਕਿ ਨਹੀਂ ਮਿਲਦੇ ਇਹ ਹਲੇ ਪਤੰਗ ਵੀ ਕੱਲ ਜੇ ਗੱਟੂ ਆ ਗਿਆ ਤਾਂ ਫਿਰ ਨਵੀਂ ਅਨਬਾਕਸਿੰਗ ਹਾਂ ਨਵੀਂ ਐਕਸਪੋ ਅਨਬਾਕਸਿੰਗ ਵੀ ਆ ਜੇਗੀ ਤੇ ਨਾਲੇ ਜਿਹਨੇ ਵੈਲਪਿਨ ਵਾਲਾ ਜਿਹੜੇ ਆਪ ਲੋਕ ਦੇਖਿਆ ਨਹੀਂ ਇਹਨੇ ਉਹ ਕਹਿੰਦੇ ਪਏ ਸੀ ਵੈਲਪਿਨ ਦੀ ਅਨਬਾਕਸਿੰਗ ਲੈ ਕੇ ਆਓ ਰਿਵਿਊ ਲੈ ਕੇ ਆਓ ਜੋ ਵੀਡੀਓ ਪਾਤੀ ਜਾ ਕੇ ਦੇਖੋ ਪਹਿਲਾਂ ਵੈਲਪਿਨ ਗੱਟੂ ਦੀ ਇਹਨੀ ਦੇ ਕੰਮੂ ਪਤੰਗ ਵਧਾ ਰਿਹਾ ਤੇ ਫਟਾਫਟ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਲਾਈਕ ਕਰੋ ਤੇ ਮੈਨੂੰ ਸਬਸਕ੍ਰਾਈਬ ਨਹੀਂ ਕਰ ਰਹੇ ਹਾਂ ਯੈਸ ਕੇ ਸਬਸਕ੍ਰਾਈਬਰਸ ਲੋ ਹੋ ਗਏ ਆਪਣੇ ਕਿਸੇ ਨੇ ਮੈਸੇਜ ਕਰਕੇ ਪਾਇਆ ਹੋਇਆ ਸੀਗਾ ਕਿ ਭਾਜੀ ਕੰਮੂ ਦਾ ਉਹ ਡਾਇਲੌਗ ਬੜਾ ਹੈ ਹਾਂ ਕੰਮੂ ਦਾ ਡਾਇਲੌਗ ਬੜਾ ਹੈ ਨਾ ਇਕੱਠੀ ਕਰ ਮੇਰੇ ਫਿਰ ਯਾਰ ਪੰਜਾਬੀ ਆ ਪੰਜਾਬੀ ਦਾ ਹਰ ਚੀਜ਼ ਘੈਂਟ ਹੀ ਹੁੰਦੀ ਹੈ ਤੇ ਬਸ ਹੁਣ ਫਟਾਫਟ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਨਾ ਸ਼ੁਰੂ ਕਰ ਦੋ ਨਾਲੇ ਕੰਮੂ ਨੂੰ ਵੀ ਫੋਲੋ ਕਰੋ ਮੇਰੀ ਵੀ ਇੰਸਟਾਗ੍ਰam ਆਈਡੀ ਹੈਗੀ ਹੈ ਹਾਂ ਮੈਂਸ਼ਨ ਅਗਲੇ ਲਿੰਕ ਪਾ ਦੂੰਗਾ ਥੱਲੇ ਜਾ ਕੇ ਫੋਲੋ ਕਰਿਓ ਤੇ ਉੱਥੇ ਵੀ ਘੈਂਟ ਘੈਂਟ ਆਪਾਂ ਰੀਲ ਅਪਲੋਡ ਕਰਦੇ ਆਂ ਮਸਤੀ ਦੀਆਂ ਬਾਹਰ ਜਾਂਦੇ ਆਂ ਕੋਈ ਹੁੰਦੇ ਹੁੰਦੇ ਆਂ ਸ਼ਾਦੀ ਹੁੰਦੀ ਖਾਂਦੇ ਆਂ ਹੁੰਦੇ ਫਿਰਦੇ ਰਹਿੰਦੇ ਆਂ ਤੇ ਬਸ ਬੋਤੀ ਗੱਲਾਂ ਨਾ ਕਰਦੇ ਪਤੰਗ ਡਾਣੇ ਆਂ ਤੇ ਯਾਰ ਚੈਨਲ ਨੂੰ ਸਬਸਕ੍ਰਾਈਬ ਕਰੋ ਯਾਰ ਲੋੜ ਐ ਇਸ ਵੇਲੇ ਸਬਸਕ੍ਰਾਈਬਰ ਦੀ ਤੁਹਾਨੂੰ ਪਤਾ ਹੀ ਹੈ ਤੇ ਵੀਡੀਓ ਯਾਰ ਫੁੱਲ ਵਾਚ ਕਰਿਆ ਕਰੋ ਤੁਹਾਨੂੰ ਪਤਾ ਹੈ ਹਾਂ ਵੀਡੀਓ ਥੋੜੀ ਲੰਬੀ ਹੋ ਜਾਂਦੀ ਕਿਉਂਕਿ ਯਾਰ ਕੰਟੈਂਟ ਵੀ ਬਣਾਉਣਾ ਹੁੰਦਾ ਕੋਈ ਕਹਾਣੀ ਸਟੋਰੀ ਨਹੀਂ ਬਣੇਗੀ ਤੇ ਤੁਸੀਂ ਦੇਖੋਗੇ ਨਹੀਂ ਤੇ ਕੱਲਾ ਕਾਇਟ ਵਲੌਗ ਬਣਾਉਣਾ ਆਪਾਂ ਕਦੀ ਕਦੀ ਉਹ ਵੀ ਬਣਾਵਾਂਗੇ ਬਾਹਰ ਦਾ ਹੁਣ ਆਈ ਥਿੰਕ ਮੇਰਾ ਬਾਹਰ ਦਾ ਪਲਾਨ ਬਣ ਰਿਹਾ ਬਾਹਰ ਮੀਨਸ ਦਿੱਲੀ ਜਾਣ ਦਾ ਇਦਾਂ ਹੀ ਮੇਰੀ ਪੱਕਾ ਹੋਇਆ ਆਪਾਂ ਉਧਰ ਨਿਕਲਾਂਗੇ ਉਧਰ ਤੋਂ ਵੀ ਲੋਕ ਆਣਗੇ ਦਿੱਲੀ ਆਣਗੇ ਤੇ ਤਦ ਤੱਕ ਹਾਂ ਚਲੋ ਤੈਨੂੰ ਕਹਾਣੀ ਬਾਅਦ ਦੱਸੂਗਾ ਤੂੰ ਰੋਲਾ ਪਿੱਟ ਦੇਗਾ ਤੇ ਚਲੋ ਠੀਕ ਹੈ ਹੁਣ ਬਣਾਉਂਦੇ ਪਤੰਗ ਗੁੱਡਾ ਲੈ ਕਿੱਥੇ ਲੱਗ ਗਿਆ ਤੇ ਗੁੱਡਾ ਵੀ ਆਪਣਾ ਲੱਗ ਚੁੱਕਾ ਤੂੰ ਦੇਖੋ ਗੱਟੂ ਵੀ ਸਾਡਾ ਕਿੱਥੇ ਲੱਗ ਗਿਆ ਦੇਖ ਹਾਂ ਗੱਟੂ ਵੀ ਖਾਲੀ ਹੋ ਚੁੱਕਿਆ ਤੇ ਹੁਣ ਬਣਾਉਂਦੇ ਫਟਾਫਟ ਪਤੰਗ ਤੇ ਇਹ ਚੈਨਲ ਸਬਸਕ੍ਰਾਈਬ ਕਰੋ ਯਾਰ ਸੱਚੀ ਚਲੋ ਆਵਾਜ਼ ਉੱਠਦੀ ਵੀ ਤੁਸੀਂ ਸਬਸਕ੍ਰਾਈਬ ਕਰਕੇ ਜਾਓਗੇ ਤੁਸੀਂ ਚੈਨਲ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰੋ ਵੀਡੀਓ ਨੂੰ ਤੇ ਫੁੱਲ ਵੀਡੀਓ ਦੇਖੋ ਠੀਕ ਹੈ ਚਲੋ ਉੱਥੋਂ ਕੇ ਜਲਾਇ ਆਈਏ ਇਕੱਠੀ ਕਰਾਈਏ ਵੀ ਹਾਂ ਇਕੱਠੀ ਕਰਾਈਏ ਚਲੋ ਜੀ ਜੀ ਅਵਜੀ ਨੂੰ ਖਿੱਚ ਓਏ ਲੈ ਓਏ ਹੋਏ ਕਮੂ ਕਿੱਦਾਂ ਬੁਕਰਾਇਆ ਇੰਨੀ ਬੇਇੱਜ਼ਤੀ ਚੱਲ ਕੋਈ ਇੰਨੀ ਬੇਇੱਜ਼ਤੀ ਗੁੱਡੇ ਰੱਦੀ ਹੁੰਦਾ ਰੋਈ ਓਏ ਇੰਨੀ ਬੇਇੱਜ਼ਤੀ ਯਾਰ ਮਤਲਬ ਹਿਸਾਬ ਹੀ ਹੈ ਨਹੀਂ ਯਾਰ ਕਮੂ ਇਸ ਟਾਈਮ ਨਾਲ ਤੈਨੂੰ ਕੰਡੇ ਵਾਲੇ ਪੌਦੇ ਤੇ ਬਹਿ ਜਾਣਾ ਚਾਹਦਾ ਮਜ਼ਾਕ ਨਹੀਂ ਕਰ ਰਿਹਾ ਤੈਨੂੰ ਇੰਨੀ ਬੇਇੱਜ਼ਤੀ ਯਾਰ ਮੈਨੂੰ ਖੇਚੀ ਨਹੀਂ ਲਾ ਦਿੱਤੀ ਉਹਨੇ ਗੁੱਡੇ ਖੇਚੀ ਨਹੀਂ ਲਾਣ ਦਿੱਤੀ ਤੂੰ ਉਹ ਵਿਚਾਰੇ ਦਾ ਬੋ ਵੀ ਹੋਣਾ ਚਾਹੀਦਾ ਕਿਉਂਕਿ ਉਹਨੇ ਤਲਾਵਾਂ ਤੋਂ ਵਿੱਚਾ ਪਾਇਆ ਤੇਰਾ ਤਾਂ ਫਿਰ ਵੀ ਅੱਗੇ ਵਧਿਆ ਆਇਆ ਸੀਗਾ ਓ ਨਹੀਂ ਯਾਰ ਵਾਹ ਯਾਰ ਕਮੂ ਕਿਹਾ ਯਾਰ ਕਮੂ ਤੇਰਾ ਨਵਾਂ ਗੱਟੂ ਹੋਊਗਾ ਨਾ ਫਿਰ ਦੇਖਾਂਗੇ ਆਏ ਆਏ ਕਾਲਾ ਇਹਨਾਂ ਨਵਾਂ ਗੱਟੂ ਕੋ ਸਮਝ ਲਓ ਤੁਸੀਂ ਭਾਈ ਆਪਣੀ ਹਵਾ ਚੇਂਜ ਹੋ ਗਈ ਹੈ ਪਹਿਲਾਂ ਇੱਧਰ ਦੀ ਸੀਗੀ ਹਵਾ ਆ ਟਾਵਰ ਵੱਲ ਦੀ ਟਾਵਰ ਵੱਲ ਦੀ ਹਵਾ ਸੀ ਹੁਣ ਇੱਧਰ ਦੀ ਹੋ ਗਈ ਪਿੱਛੇ ਵੱਲ ਦੀ ਇਹ ਗੁੱਡੇ ਵੀ ਸਾਰੇ ਹੁਣ ਲੱਗਦਾ ਪੇਚੇ ਲਾਣ ਲਈ ਆ ਜਾਣਗੇ ਉਹ ਕੋਡ ਦਾ ਪਿਆ ਇੱਕ ਇਹ ਰਹਿ ਗਿਆ ਪਿੱਛੇ ਉਹ ਵੀ ਆਪਣਾ ਹੀ ਹੈ ਵੈਸੇ ਤੇ ਥੱਲੇ ਪੈਰਾ ਡੋਰ ਦੇਖੀ ਗੁੰਝਲਾ ਪੈ ਗਈਆਂ ਬਸ ਖਿੱਚੀ ਜਾ ਹੁਣ ਉਹ ਨਹੀਂ ਉਧਰ ਦੀ ਹੋ ਗਈ ਦੁਬਾਰਾ ਫਿਰ ਉਧਰ ਦੀ ਹੋ ਗਈ ਹਵਾ ਚੇਂਜ ਹੋ ਜਾਂਦੀ ਨਾ ਅੱਜ ਡਾਲੇ ਕਿੱਥੇ ਹੋ ਗਈ ਜਲਦੀ ਕਰ ਕੰਮੂ ਜਲਦੀ ਕਰ ਹਵਾ ਲੱਗੂਗੀ ਮੈਂ ਕਿੱਦਾਂ ਕਰਾਂ ਕੰਮੂ ਤੂੰ ਪਾਰਟੀ ਲੇਗਾ ਮੇਰੇ ਤੋਂ ਲਊਂਗਾ ਹੀ ਹੋਰ ਨਹੀਂ ਲਊਂਗਾ ਤੂੰ ਆਪਣੀ ਮਾਂ ਪਾੜੀ ਦਿੱਤੀ ਸੀ ਭਾਈ ਮੈਨੂੰ ਓਹੋ ਬਸ ਕਰ ਇਹ ਤੀਜੀ ਪਾੜੀ ਕੰਨ ਤੇ ਖਾਏਗਾ ਤੂੰ ਕਿਹਾ ਮੈਨੂੰ ਚੱਲ ਮੈਂ ਤੈਨੂੰ ਕਿਹਾ ਹੀ ਸੀਗਾ ਓਹੋ ਕੁੱਡੋ ਝੂਠ ਆ ਤੱਕ ਨਹੀਂ ਮੈਂ ਸੋਚਿਆ ਇਦਾਂ ਸੋਚਿਆ ਕਿ ਪਾੜੀ ਪਾੜੀ ਦੇ ਨੂੰ ਸੋਚਿਆ ਨਹੀਂ ਹੁੰਦਾ ਕਦੇ ਕੋਈ ਸੋਚਦਾ ਪਾੜੀ ਦੇ ਨੂੰ ਓਹੋ ਬਸ ਕਰ ਅਰੇ ਕੋਈ ਨਾ ਕੰਮੂ ਅੱਜ ਮੇਰੇ ਵੱਲੋਂ ਤੈਨੂੰ ਪਾਟੀ ਆ ਤੂੰ ਜਿਨੇ ਦਿੱਖੇ ਮੋਮਸ ਖਾਏਗਾ ਉਹਨੇ ਦਿੱਖੇ ਮੋਮਸ ਖਾਲੇਗਾ ਖਿੱਚਣਾ ਮਾਰ ਕਿਉਂ ਗੁੱਡਾ ਪਾੜੀ ਹਾਂ ਉਹਦੇ ਆਪਣਾ ਗੁੱਡਾ ਹੀ ਹੁੰਦਾ गरीबी रेखा आती हुई कमू के पास गट्टू खत्म होता हुआ कल नवा खुला होता क्या खुला होता कमू दिवांशु भी आवाज मारो
ਉਹਨੇ ਆਏ ਗੱਟੂ ਦੇਣਾ ਸਾਨੂੰ ਆਏ ਕਿਉਂ ਪਾਗਲ ਹੋ ਗਿਆ ਲੱਗਦਾ ਆਸਮਾਨ ਚ ਮਾਰਦਾ ਮੈਂ ਅੱਛਾ ਕਿਸੇ ਨੂੰ ਦਿਖਦਾ ਹੋਵੇ ਨਾ ਆਸਮਾਨ ਚ ਐਸ ਬਣਿਆ ਆਇਆ ਦੇਖੋ ਆਸਮਾਨ ਚ ਐਸ ਬਣਿਆ ਆਇਆ ਅੱਜ ਪਹਿਲੀ ਵਾਰ ਦੇਖਿਆ ਕਮੂ ਇਹ ਪਹਿਲੀ ਵਾਰ ਜੀ ਦੇਖੀ ਨਾ ਆਪਾਂ ਆਸਮਾਨ ਚ ਐਸ ਬਣਿਆ ਆਇਆ ਹਾਂ ਐਸ ਤੋਂ ਸਾਹਿਲ ਨੂੰ ਫੋਨ ਮਾਰ ਕੇ ਬੋਲ ਤੇਰੇ ਨਾਂ ਦਾ ਐਸ ਬਣਿਆ ਆਇਆ ਆਸਮਾਨ ਦੇ ਵਿੱਚ ਕਮ ਖਿੱਚ ਮਾਰਨ ਤੇ ਚਲਾ ਗਿਆ ਉਹਨੂੰ ਲੱਸੀ ਕਰਾਏਗਾ ਆਪਣੀ ਵਧਾ ਤੁਣਕਾ ਮਾਰ ਤੁਣਕਾ ਮਾਰ ਤੁਣਕਾ ਮਾਰ ਤੁਣਕਾ ਮਾਰ ਹਾਂ ਤੁਣਕੇ ਮਾਰ ਕੇ ਉਧਰ ਹੀ ਲੈ ਜਾ ਉਧਰ ਤੁਣਕੇ ਮਾਰ ਸਿਰਫ ਵਧਾ ਤੁਣਕੇ ਮਾਰ ਕੇ ਵਧਾ ਸਿਰਫ ਵਧਾਈ ਆ ਤੁਣਕੇ ਮਾਰ ਕੇ ਵਧਾ ਹੋਰ ਵਧਾ ਖਿੱਚਣਾ ਮਾਰੀ ਹਲੇ ਨਾ ਮਾਰੀ ਵਧਾ ਉਹ ਨਹੀਂ ਆਊਗਾ ਥੱਲੇ ਟੈਨਸ਼ਨ ਲੈ ਤੂੰ ਆਊਗਾ ਤੂੰ ਬਸ ਵਧਾਈ ਜਾ ਜਿੰਨੀ ਦੇਰ ਪੈਣ ਡੋਰ ਨਾ ਤੁਣਕੇ ਮਾਰ ਕੇ ਉਧਰ ਕਰੀ ਆ ਹਵਾ 'ਚ ਰੱਖੀ ਬਸ ਆਪਣਾ ਆਪਣਾ ਗੁੱਡਾ ਕਰਾ ਲੈ ਲੱਸੀ ਲੱਸੀ ਕਰਾਉਣੀ ਸੀਗੀ ਭਰਾ ਕਰਾ ਲੈ ਬੋ ਕੁੱਟੂ ਯਾਰ ਪੁੱਛ ਯਾਰ ਓਏ ਤੂੰ ਤਲਾਮਾ ਪਾ ਮੈਂ ਤੈਨੂੰ ਬੋ ਕਰਕੇ ਦਿਖਾਣਾ ਇਹੀ ਡੋਰ ਨਾਲ ਤਲਾਮਾ ਪਾ ਯਾਰ ਪਿੱਛੇ ਥੱਲੇ ਡੋਰ ਬਗਾ ਨਿਕਲਦੀ ਨੂੰ ਕਹਿੰਦਾ ਗੱਟੂ ਵਾਲਾ ਤਾਂ ਖਾ ਥੋੜਾ ਕੀ ਰਹਿ ਗਿਆ ਚੱਲ ਗੱਟੂ ਤੇ ਕੁਝ ਨਹੀਂ ਰਹਿ ਗਿਆ ਤੂੰ ਮੈਂ ਤੈਨੂੰ ਕੀ ਕਹਿ ਰਿਹਾ ਤੁਹਾਨੂੰ ਪਤਾ ਹੀ ਹੈ ਗਾਇਸ ਗੁੱਗੇ ਕਿਉਂ ਵਡਵਾ ਰਹੇ ਜੇ ਮੇਰੇ ਕੋਲ ਗੱਟੂ ਹੀ ਨਹੀਂ ਹੈਗਾ ਓ ਯਾਰ ਤੂੰ ਐਸੇ ਹੁੰਦਾ ਨਾ ਕਿੰਨੇ ਗੁੱਡੇ ਜਾਣੇ ਸੀ ਮੇਰੇ ਹੱਥੋਂ ਹਰੇ ਤੂੰ ਜਾ ਹੀ ਰਹੇ ਨੇ ਤੇਰੇ ਤੋਂ ਪੁੱਛੋ ਪੁੱਛੋ ਆਏ ਹੋਏ ਕੀ ਬਾਤ ਹੈ ਮਾਰ ਦੇ ਛਾਲ ਚੱਕ ਕੇ ਲੈ ਗਿਆ ਗੁੱਡਾ ਥੱਲੋਂ ਆਏ ਯਾਰ ਕੰਮੂ ਤੂੰ ਬਿਨਾਂ ਚੋਲੀ ਹੈ ਪੁੱਛੋ ਪੁੱਛੋ ਇਹ ਲੈ ਓ ਕੀ ਬਾਤ ਹੈ ਲਾ ਦੇ ਪੇਚਾ ਚੱਕਦੇ ਯਾਰ ਇਹਨਾਂ ਟਾਈਮ ਐ ਹੁੰਦਾ ਇੰਨੀ ਤੈਨੂੰ ਬੋ ਕਰਾ ਕੇ ਪਾਸੇ ਹਟ ਦੇਣਾ ਸੀ ਤੂੰ ਬੋ ਕਰਾ ਕੇ ਜਾਣਾ ਮੈਂ ਬੋ ਕਰਕੇ ਜਾਣਾ ਬੋ ਕਰਨਾ ਸੀਗਾ ਜਾਂ ਕਰਾਣਾ ਸੀਗਾ ਹੋਰ ਕੀ ਜਵਾਕਾਂ ਦਾ ਵੱਢ ਕੇ ਸ਼ਰਮ ਨਹੀਂ ਆਉਂਦੀ ਬੋ ਚਾਲੇ ਕੱਟੀ ਕਰ ਉਹ ਜਾ ਰਿਹਾ ਚੱਲ ਕੱਠੀ ਕਰ ਕੱਠੀ ਕਰ ਕੱਠੀ ਲਪੇਟ ਸਕਦਾ ਗੁੱਡਾ ਲਪੇਟ ਜਰਾ ਵੈਲੇ ਲਪੇਟਣ ਦਾ ਕੋਈ ਫਾਇਦਾ ਨਹੀਂ ਆਪਣਾ ਗੁੱਡਾ ਹੋ ਜਾਣੀ ਲਪੇਟ ਲਿਆ ਗਿਆ ਲੈ ਯਾਰ ਪਤੰਗ ਫਟ ਗਿਆ ਥੱਲੇਦਾਰ ਓਏ ਡੋਰ ਲੰਮ ਕਰੀ ਹੈ ਨਾ ਪਤੰਗ ਫਾੜਤਾ ਉਹਨੇ ਧਾਗੇ ਡੋਰ ਵਧਾ ਲਏ ਸੀਗੇ ਗੁੱਡਾ ਆ ਗਿਆ ਨਹੀਂ ਸੀਗਾ ਪਰ ਡੋਰ ਟੁੱਟ ਗਈ ਪਤਾ ਨਹੀਂ ਕਿੱਦਾਂ ਡੋਰ ਸਾਡੇ ਨਾਲ ਵੀ ਆ ਗਈ ਗੁੱਡੇ ਦੇ ਆ ਡੋਰ ਸੀ ਉਹਦੀ ਕਿਹੜੀ ਸੀ ਡੋਰ ਤਾਂ ਯੈਸ ਹੈ ਬੋ ਕਿੱਦਾਂ ਕਰਾਇਆ ਇਹਨੇ ਓਏ ਸਾਡੇ ਤੋਂ ਬੋ ਕਰਾਊਗਾ ਜੀ ਰੋਲ ਖਾ ਗਿਆ ਇੱਕ ਲੱਗਦਾ ਮੇਰੇ ਖਿਆਲ ਨਾਲ ਸੈਡ ਦੀ ਮੂੰਹ ਚ ਫਸ ਗਈ ਏ ਨਾਲੇ ਹੋਲੀ ਤੁਨਕਾ ਮਾਰੇ ਕਰੋ ਏ ਪਤੰਗ ਫੜ ਜੂਗਾ ਲੈ ਸਾਈਡ ਤੇ ਫਸ ਗਈ ਲੈ ਕੰਮ ਤੈਨੂੰ ਗੁੱਡਾ ਉਡਾਉਣਾ ਨਹੀਂ ਆਉਂਦਾ ਕੀ ਕਰ ਰਿਹਾ ਮੈਨੂੰ ਜਦੋਂ ਤੈਨੂੰ ਗੁੱਡਾ ਉਡਾਉਣੇ ਸਿਖਾਉਣੇ ਪੈਣੇ ਕੰਮ ਤੂੰ ਕਿਹੜੀ ਕਲਾਸ 'ਚ ਹੋ ਗਿਆ ਤੇਰੇ ਹਾਣ ਦੇ ਬੱਚੇ ਬੋਤਲ ਦੇ ਮੂੰਹ ਲਾ ਕੇ ਦੁੱਧ ਪੀਂਦੇ ਹੁੰਦੇ ਜੀ ਸਹੀ ਗੱਲ ਹੈ ਤੂੰ ਗੁੱਡੇ ਵਧਾ ਰਿਹਾ ਕੀ ਗੱਲ ਕੰਮ ਖਿੱਚ ਮਾਰਦੇ ਮਾਰਦੇ ਸਾਹ ਨਾ ਪੂਰੇ ਹੋ ਜਾਂਦੇ
ਬੁੱਢਾ ਕਿੱਥੇ ਆ ਗਿਆ ਦੇਖੀ ਆ ਲੱਗਾ ਯਾਰ ਮੈਂ ਬੋਰ ਆ ਹੂੰ ਡੋ ਗੱਟੂ ਦਿਖਾ ਬੰਦਿਆਂ ਨੂੰ ਆ ਦੇਖੋ ਭਾਈ ਗੱਟੂ ਭਰਿਆ ਪਿਆ ਕਾਲੇ ਰੰਗ ਦਾ ਕਾਲੀ ਡੋਰ ਹੈ ਕਾਲੀ ਡੋਰ ਹੈ ਭਰਿਆ ਪਿਆ ਦੇਖੋ ਨਵਾਂ ਲਾ ਕੇ ਆਂਦਾ ਆਪਾਂ ਹੁਣੇ ਖਾਲੀ ਹੈ ਖਾਲੀ ਹੋ ਗਿਆ ਗੱਟੂ ਦਾ ਬੜਾ ਬਸ ਕੋਈ ਨਾ ਕਾਲ ਦੀ ਬਸ ਸਬਰ ਰੱਖੋ ਨਵਾਂ ਆਇਆ ਤਾਂ ਮੂੰ ਗੱਟੂ ਚੱਲ ਜਾ ਪਤੰਗ ਚੱਲ ਜਾਣਾ ਉਹ ਗਿਆ ਗੱਟੂ ਫੜ 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 ਗੱਟੂ ਹੋਰ ਇਹ ਪਤੰਗ ਇਹ ਕੂਸੀਆਂ ਗੱਲਾਂ ਕਰਨ ਲੱਗ ਗਿਆ ਹੁਣ ਹੈਲੋ ਫੜ ਕੀ ਚੈੱਕ ਕਰ ਰਿਹਾ ਹਵਾ ਤੇਜ਼ ਹੈ ਜੇ ਉੱਡ ਗਿਆ ਫਿਰ ਪੁੱਠੇ ਪੰਗੇ ਹਟਦਾ ਨਹੀਂ ਲੈਣਾ ਤੂੰ ਵਾਹ ਬਈ ਵਾਹ ਇਹ ਕਰ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਕਰ ਕੀ ਰਿਹਾ ਹਵਾ ਚੈੱਕ ਕਰ ਰਹੇ ਕੀ ਕਰ ਰਿਹਾ ਉਹ ਕੰਮੂ ਦੰਦ ਕੱਢਦਾ ਪਿਆ ਦੱਸ ਕੀ ਕਰ ਰਿਹਾ ਗਾਇਸ ਕਮੈਂਟ ਦੇ ਦੱਸੋ ਕਿੰਨੇ ਕਿੰਨੇ ਇੱਦਾਂ ਕੀਤਾ ਗੁੱਡੇ ਦੇ ਨਾਲ ਇੱਦਾਂ ਡੋਰ ਫੜ ਕੇ ਟੱਟੂ ਵਾਲੇ ਤੇ ਛੜਤਾ ਕਿੰਨੇ ਕਿਤੇ ਕੀਤਾ ਕਮੈਂਟ ਦੱਸੋ ਮੈਂ ਤਾਂ ਬਥੇਰੀ ਵਾਰ ਕੀਤੇ ਤੂੰ ਆਪਣੀ ਗੱਲ ਦੱਸ ਮੈਂ ਵੀ ਬਥੇਰੀ ਵਾਰ ਕੀਤੇ ਮੈਂ ਤਾਂ ਹੁਣੇ ਵੀ ਕਰ ਰਿਹਾ ਗੱਟੂ ਮੇਰਾ ਹੈ ਨਾ ਇਸ ਲਈ ਕਰ ਰਿਹਾ ਆਪਣਾ ਹੁੰਦਾ ਨਹੀਂ ਕਰ ਰਿਹਾ ਹੁੰਦਾ ਓਏ ਬੜੀ ਤੇਜ਼ੀ ਦੀ ਇਹ ਪਾਗਲ ਬਣ ਨਾ ਕਰ ਗੱਟੂ ਉੱਡ ਗਿਆ ਨਾ ਫਿਰ ਡੋਰ ਇੰਨੀ ਕਿ ਵੀ ਨਹੀਂ ਰਹਿਣੀ ਸਾਡੇ ਕੋ ਡਾਣ ਚੁੱਗੀ ਓਏ ਹਵਾ ਤੇਜ਼ ਹੋ ਗਈ ਹੈ ਹਵਾ ਤੇਜ਼ ਹੋ ਗਈ ਹਵਾ ਤੇਜ਼ ਹੋ ਗਈ ਹੈ ਕਮੂ ਜਿਨੀ ਦੇ ਇਹਨਾਂ ਨੂੰ ਖਿੱਚ ਲਾਣ ਨੂੰ ਕਰਤੀ ਇੱਕ ਦੂਜੇ ਨੂੰ ਇਨੀ ਦੇਰ ਚ ਆਪਾਂ ਇਹ ਬੋ ਕਰਨਾ ਸੀ ਬੋ ਕਰ ਲੈਣਾ ਜਿਆ ਗੁੱਡਾ ਬੋ ਕਰ ਦੇਣਾ ਸੀ ਕਰ ਦੇਣਾ ਨਾਲ ਖੜੇ ਖੜੇ ਵੇਚ ਨਹੀਂ ਲੰਦੇ ਵੇ ਨਾਲ ਇਦਾਂ ਜਿਵੇਂ ਆ ਹੁੰਦਾ ਨਾ ਐ ਜਿਹੜਾ ਸੀ ਕੈਨੇਡਾ ਨੂੰ ਥੱਲੇ ਚੱਕ ਕੇ ਗਿਆ ਬਈ ਜਾਂ ਆਪਣਾ ਗਿਆ ਜਾਂ ਉਹਦਾ ਗਿਆ ਦੋ ਕੰਮ ਹੋਣੇ ਸੀ ਤੂੰ ਤਾਂ ਆਪਣਾ ਹੀ ਬੋ ਕਰਨਾ ਸੀ ਉਹ ਬਸ ਕਰ ਦੋ ਗੁੱਡੇ ਬੋ ਬੋ ਕਰਤੇ ਕਿ ਤੂੰ ਵਡਵਾ ਲੈ ਦੇ ਮੈਂ ਕੀ ਹੋ ਗਿਆ ਫਿਰ ਅਵਨੀ ਐ ਕੀ ਬਾਤ ਅਵਨੀ ਦੋ ਕਰੇਲੇ ਕਰਕੇ ਆਈ ਹੈ ਆਪਣੀ ਗੁੱਡੇ ਵੱਡੇ ਵੀ ਆ ਇੱਕ ਤਾਂ ਆਪਾਂ ਲੋਗ ਨਹੀਂ ਲੈ ਰਹਾ ਕਰੇ ਜਾ ਕੇ ਮੈਂ ਗਿਆ ਸੀਗਾ ਕਰੇ ਗਿਆ ਜੀ ਉਹ ਪਿੱਛੇ ਨਹੀਂ ਲਾ ਰਹੇ ਯਾਰ ਪਿੱਛੇ ਵਾਲੇ ਕਿੱਥੇ ਪਾ ਦਿੱਤੇ ਹੋਣ ਹੋਰ ਇੱਕ ਘਰ ਦੇ ਉਡਾ ਰਹੇ ਨਾ ਤਾਂ ਕਰ ਰਹੇ ਆ ਉਹ ਆਣੇ ਘਰ ਚ ਨਹੀਂ ਜੇ ਇੱਕ ਘਰ ਚ ਹੁੰਦੇ ਨਾ ਇਕੱਠੇ ਹੋਣੇ ਸੀ ਗੁੱਡੇ ਥੋੜਾ ਲੱਗ ਲੱਗ ਹੈ ਪਤਾ ਨਹੀਂ ਖਿੱਚ ਮਾਰਾਂਗੇ ਇੱਕ ਗਲੀ ਜੀ ਹੋਣ ਉਹ ਨਹੀਂ ਮਾਰ ਪਾਏਗਾ ਖਿੱਚ ਉਹਨੂੰ ਮੇਰੇ ਘਰੇ ਮਾਰੂਗਾ ਖਿੱਚ ਕੈਨੇਡਾ ਨੂੰ ਉਹ ਕੈਨੇਡਾ ਨੂੰ ਮਾਰੂਗਾ ਕੋਸ਼ਿਸ਼ ਕਰਨਾ ਕਬੂ ਥੱਲੇ ਲਾਈਏ ਚੱਲ ਚੱਲੀ ਥੱਲੇ ਯਾਰ ਆਇਆ ਨਾਲੇ ਤੇ ਟਿਊਸ਼ਨ ਵੀ ਜਾਣਾ ਹੁਣ ਆ ਗਿਆ ਮੂੰ ਉਹ ਤੇਰੇ ਕਿਤੇ ਖਿੱਚ ਵੱਜ ਜਾਣੀ ਹੈ ਕੀ ਮੂੰ ਪਤੰਗ ਕਿੱਥੇ ਲੈ ਗਿਆ ਪੁੱਠੀ ਹਵਾ ਚ ਹੈਂ ਭਰਾਵਾ ਥੱਲੇ ਜਾਣਾ ਬੋ ਕਰ ਆ ਕੇ ਜਾਈਏ ਫਿਰ ਉਹ ਭੱਜ ਗਿਆ ਲੈ ਲੈ ਜਿੰਨਾ ਲੈ ਆ ਉਹਦੀ ਪੁੱਠੀ ਹਵਾ ਚ ਲੈ ਗਿਆ ਕਿੰਨਾ ਓਏ ਕਿੱਥੇ ਲੈ ਗਿਆ ਘੁਮਾ ਘੁੰਮ ਜਾ ਘੁੰਮ ਜਾ ਆ ਘੁੰਮ ਲੈ ਜਾ ਲੈ ਆ ਹਵਾ ਇੱਧਰ ਦੀ ਹੈ ਪਤੰਗ ਕਿਤੇ ਚਲਾ ਗਿਆ ਜੀ ਸਾਰਾ ਪਤੰਗ ਥੱਲੇ ਲਾ ਲਿਆ ਕੰਮੂ ਜਲਦੀ ਕਰ ਜਲਦੀ ਮਿਸ਼ਨ ਅਨਸਕਸੈਸਫੁਲ ਹੋ ਗਿਆ ਕੰਮੂ ਉਹਨੇ ਆਈਸਕ੍ਰੀਮ ਥੱਲੇ ਲਾ ਲਿਆ ਮੈਂ ਤਾਂ ਮੇਰੇ ਪੂਰਾ ਉਹਦੇ ਘਰ ਤੱਕ ਚਲ ਗਿਆ ਸੀਗਾ ਹੁਣ ਨਹੀਂ ਲਾਇਆ ਹੁਣ ਮੈਂ ਕਰਮ ਜੀ ਟਰਾਈ ਹੋ ਗਿਆ ਲੈ ਕਰਮ ਜੀ ਵੀਡੀਓ ਕਰਦੇ ਔਨ ਕਰਦੇ ਸਾਰੀ ਉਹ ਪਤੰਗ ਬੋ ਹੋ ਗਈ ਚੱਲ ਜਾ ਕਰਮਨ ਮੰਮੀ ਬੁਲਾ ਰਿਹਾ ਚੱਲ ਜੂਗਾ ਮਾਰ ਦੇ ਖਿੱਚ ਓਏ ਪੈ ਚੱਲ ਗਿਆ ਕੰਡੇ ਵਾਲੇ ਇੱਕ ਸ਼ਿਕਾਰ ਆਇਆ ਸੀ ਉਹ ਵੀ ਚੱਕਤਾ ਇਕੱਠੀ ਨਹੀਂ ਗਿਆ ਉਹਨੇ ਇਕੱਠੀ ਕੀਤੀ ਨਹੀਂ ਉਹਨੇ ਇਕੱਠੀ ਕੀਤੀ ਨਹੀਂ ਨਾ ਆਪਾਂ ਇਕੱਠੀ ਕਰਨੀ ਨਹੀਂ ਦਿੱਤੀ ਯਾਰ ਕੀ ਤਾਂ ਇਹ ਤਾਂ ਬੋਲਣੀ ਨਹੀਂ ਤੁਹਾਨੂੰ ਕਿੱਥੇ ਆ ਕੇ ਖਿੱਚ ਮਾਰਨੀ ਕਹਿੰਦੀ ਕੋਈ ਪੇਚਾ ਲਾਉਣ ਸੀ ਨਹੀਂ ਉਹ ਪੈ ਗਿਆ ਖਿੱਚ ਲਿਆ ਕਰੇ ਉਹਨੇ ਲੈ ਟੁੱਟ ਗਈ ਆ ਰਿਹਾ ਟੁੱਟ ਗਿਆ ਟੁੱਟ ਗਿਆ ਤੋੜ ਲਿਆ
ਚਾ ਕੋਈ ਨਾ ਲਾਸਟ ਵਿੱਚ ਸੀਗਾ ਬੋ ਨਹੀਂ ਕਰਾਇਆ ਪਰ ਉਹਨੇ ਤੋੜਿਆ ਹਾਂ